ਓਕੇ ਜੀ, ਅਸੀਂ ਥੋੜ੍ਹੀ ਜਿਹੀ ਡਾਈਵਰਜਨ ਲਈ ਸੀ। ਵੈਲਕਮ ਬੈਕ ਦੁਬਾਰਾ, ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 ਐਫ ਐਮ ਰੇਡੀਓ ਆਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ। ਆਲ ਰਾਈਟਸ ਆਰ ਰਿਜ਼ਰਵ ਬਾਈ ਰੇਡੀਓ ਸਾਡੇ ਵਾਲਾ। ਸੋ ਪਲੀਜ਼, ਇਫ ਯੂ ਵਾਂਟ ਟੂ ਸ਼ੇਅਰ ਦਿਸ ਵੀਡੀਓ, ਯੂਜ਼ ਅਵਰ ਰੀਅਲ ਲਿੰਕ ਆਫ ਦਾ ਵੀਡੀਓ, ਡੋਂਟ ਬੀ ਡਾਊਨਲੋਡ ਟੂ ਸ਼ੇਅਰ ਫੋਰ ਦਿਅਰ ਪੇਜਿਸ। ਆਲ ਰਾਈਟਸ ਆਰ ਰਿਜ਼ਰਵ। ਠੀਕ ਹੈ ਜੀ, ਅਸੀਂ ਪਹੁੰਚ ਕੇ ਨਜ਼ਦੀਕ ਜੀ, ਇਹ ਜਿਹੜਾ ਕਹਿ ਲਓ ਤੁਸੀਂ ਕਿ ਐਨ ਅਦਰ ਵੇ ਜਿਹੜਾ ਹੈ ਸਾਈਡ ਤੋਂ ਹੁੰਦਾ ਹੋਇਆ ਜਿਹੜਾ ਉਹ ਜਾ ਰਿਹਾ, ਕਿਉਂਕਿ ਉਹਨੂੰ ਮੇਨ ਗੇਟ ਲੱਗ ਰਿਹਾ। ਟਰੀ ਪਲਾਂਟੇਸ਼ਨ ਰੋਡ ਸਾਈਡ ਦੇ ਉੱਤੇ ਪਾਮਸ ਲੱਗੇ ਹੋਏ ਨੇ, ਫਿਰ ਉਸ ਤੋਂ ਬਾਅਦ ਕੁਛ ਕੁਛ ਮੈਨੂੰ ਟਿਕੋਮਾ ਨਜ਼ਰ ਆ ਰਹੀ ਹੈ, ਕੁਛ ਕੁਛ ਫਾਈਕਸ ਨਜ਼ਰ ਆ ਰਹੇ ਨੇ, ਫਾਈਕਸ ਪਾਂਡਾ ਨਜ਼ਰ ਆ ਰਹੀ ਹੈ, ਔਰ ਪਾਮਸ ਜਿਹੜੇ ਨੇ ਕੁਈਨਸ ਪਾਮਸ ਨਜ਼ਰ ਆ ਰਹੇ ਨੇ, ਔਰ ਫਾਈਕਸ ਪਾਂਡਾ 3 ਸਟੈਪਸ ਦੇ ਵਿੱਚ ਲੱਗੀ ਨਜ਼ਰ ਆ ਰਹੀ ਹੈ। ਰੇਅਰ ਪਲਾਂਟ ਨੇ, ਬਹੁਤ ਅੱਛੇ ਪਲਾਂਟ ਨੇ, ਔਰ ਨਾਲ ਹੀ ਨਾਲ ਜੈਤਰੂਫਾ ਲੱਗਾ ਪਿਆ, ਔਰ ਅੱਗੇ ਵੱਡੇ ਵੱਡੇ ਪਲਾਂਟਸ, ਦੈਟਸ ਗ੍ਰੇਟ ਜੀ। ਇਹ ਤਾਂ ਇੱਦਾਂ ਲੱਗਦਾ ਜਿਵੇਂ ਪਹਿਲਾਂ ਹੀ ਪਾਮਸ ਦੀ ਪਲਾਂਟੇਸ਼ਨ ਜਿਹੜੀ ਹੈ ਇੱਥੇ ਕੀਤੀ ਹੋਈ ਸੀ। ਐਵੀਨਿਊ ਪਾਮਸ ਐਵੀਨਿਊ ਕੁਈਨਸ ਫਾਰਮ ਦੇ ਨਾਲ ਪੂਰਾ ਕਾਰ ਪਾਰਕਿੰਗ ਨੂੰ ਕਵਰ ਕੀਤਾ ਹੋਇਆ, ਔਰ ਅੱਗੇ ਤੁਹਾਨੂੰ ਇਹ ਵਾਈਟ ਬਿਲਡਿੰਗ ਜਿਹੜੀ ਹੈ ਦਰਬਾਰ ਸਾਹਿਬ ਕਰਤਾਰਪੁਰ ਦੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ। ਦਰਸ਼ਨੀ ਡਿਉੜੀਆਂ ਨੇ ਜੀ, ਇਹ ਇੱਥੋਂ ਸਮਝ ਲਓ ਤੁਸੀਂ ਕਿ ਐਂਟਰੈਂਸ ਜਿਹੜੀ ਹੈ ਉਹ ਇਸ ਜਗ੍ਹਾ ਤੋਂ ਹੋਣੀ ਹੈ। ਅਸੀਂ ਪਹੁੰਚ ਗਏ ਜੀ ਇਸ ਵੇਲੇ ਕਾਰ ਪਾਰਕਿੰਗ ਦੇ ਵਿੱਚ। ਤੇਜ਼ੀ ਨਾਲ ਜਿਹੜੇ ਨੇ ਗੁੰਬਦ ਜਿਹੜੇ ਨੇ ਉਹ ਪਲੇਸ ਕੀਤੇ ਜਾ ਰਹੇ ਨੇ। ਗ੍ਰਾਸ, ਵਾਹ ਜੀ ਵਾਹ, ਕਿਆ ਬਾਤ ਹੈ। ਔਰ ਐਗਜ਼ੋਰਾ, ਵਾਹ, ਸਬ ਟ੍ਰੋਪੀਕਲ ਜ਼ੋਨ ਦੀ ਜੀ ਸ਼ਰਬ ਜਿਹੜੀ ਹੈ ਰੈੱਡ ਫਲਾਵਰਸ ਵਾਲੀ, ਐਗਜ਼ੋਰਾ ਯੂਜ਼ ਕੀਤਾ ਜਾ ਰਿਹਾ। ਫਿਰ ਉਸ ਤੋਂ ਬਾਅਦ ਯੂਕਾ ਅਗੇਵ ਔਰ ਗੋਲਡਨ ਫਾਈਕਸ ਜਿਹੜੀ ਹੈ ਉਹ ਯੂਜ਼ ਕੀਤੀ ਗਈ ਹੈ, ਔਰ ਟਾਕਾ ਫਾਈਨ ਜਿਹੜਾ ਘਾਹ ਹੈ ਸਾਡਾ, ਕਹਿ ਲਓ ਤੁਸੀਂ ਕਿ ਹਾਈਬ੍ਰਿਡ ਵੀ ਹੈ ਲੇਕਿਨ ਬਟ ਲੋਕਲ ਵਰਾਇਟੀ ਹੈ ਜਿਹੜੀ ਕਿ ਜਿਹਨੂੰ ਪਿਓਰੀਫਾਈ ਕੀਤਾ ਗਿਆ। ਔਰ ਅੱਗੇ ਤੁਹਾਨੂੰ ਗੁਰੂ ਖੰਡਾ ਸਾਹਿਬ ਨਜ਼ਰ ਆ ਰਿਹਾ, ਵਾ ਲਾਰਜਸਟ ਗੁਰੂ ਖੰਡਾ। ਦਰਸ਼ਨੀ ਡਿਉੜੀ, ਐਟ ਲੀਸਟ ਵੀ ਰੀਚ ਔਨ ਦਾ ਐਂਟਰੈਂਸ ਆਫ ਆ ਗੁਰਦੁਆਰਾ ਸਾਹਿਬ। ਵਾਓ, ਬਿਊਟੀਫੁਲੀ ਮੈਗਨੋਲੀਆ, ਗ੍ਰੈਂਡੀ ਫਲੋਰਾ ਐਂਡ ਐਗਜ਼ੋਰਾ, ਕੰਬੀਨੇਸ਼ਨ ਆਫ ਦਾ ਰੈਡ ਐਂਡ ਵਾਈਟ ਫਲਾਵਰਸ ਵਿਦ ਦਾ ਸੈਂਟਿਡ ਫਲਾਵਰਸ ਸਪੈਸ਼ਲੀ, ਦੈਟਸ ਗ੍ਰੇਟ। ਆਹ ਦੇਖ ਸਕਦੇ ਹੋ ਤੁਸੀਂ ਜੀ ਗੁੰਬਦ ਜਿਹੜੇ ਹੈ, ਜਿਨ੍ਹਾਂ ਨੂੰ ਅਸੀਂ ਤੁਹਾਨੂੰ ਉਸ ਦਿਨ ਗੁੰਬਦ ਪਲੇਸ ਹੁੰਦੇ ਹੋਏ ਤੁਹਾਨੂੰ ਦਿਖਾਇਆ ਵੀ ਸੀ। ਯੂ ਕੈਨ ਸੀ ਹਾਉ ਬਿਊਟੀਫੁਲ ਗੁੰਬਦ, ਵਾਈਟ ਐਂਡ ਅ ਗੋਲਡਨ, ਰੈਡੀ ਟੂ ਪਲੇਸ। ਐਲਿਸ ਵੀਰਿਸ, ਅਸੀਂ ਪਹੁੰਚ ਗਏ। ਆ ਦੇਖੋ ਤੁਸੀਂ ਗੁੰਬਦ ਕਿੰਨਾ ਸੋਹਣਾ ਤਿਆਰ ਹੋਇਆ ਪਿਆ, ਔਰ ਇਹ ਬਾਹਰੀ ਵਿਊ ਹੈ ਗੁਰਦੁਆਰਾ ਸਾਹਿਬ ਦਾ। ਐਂਟਰੈਂਸ ਜਿਹੜੀ ਹੈ ਉਹ ਹੈ ਸਾਡੀ ਸਾਧ ਸੰਗਤ ਜਿਹੜੀ ਹੈ USA ਤੋਂ ਪਹੁੰਚ ਗਈ। ਯਾਰ ਮੈਨੂੰ ਠੀਕ ਹੋ, ਸ਼ੁਏਬ ਭਾਈ, ਸ਼ੁਏਬ ਸਾਹਿਬ, ਸੀ ਯੂ ਅਗੇਨ, ਵੈਲਕਮ। ਕੀ ਹਾਲ ਹੈ ਜੀ? ਖੈਰੀਅਤ ਹੈ? ਮੈਨੂੰ ਫੇਸ ਕਰੋ ਹੁਣ, ਮੈਂ ਫੇਸਰ ਤੇ ਆ ਰਿਹਾ। ਵਾਲੇਕੁਮ ਸਲਾਮ ਜੀ ਜੀ, ਅਸਲਾਮ ਵਾਲੇਕੁਮ ਜੀ, ਵੈਲਕਮ ਬੈਕ ਕਰਤਾਰਪੁਰ ਕੋਰੀਡੋਰ ਦੇ ਉੱਤੇ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 ਐਫ ਐਮ ਰੇਡੀਓ ਆਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ। ਆਲ ਰਾਈਟਸ ਆਰ ਰਿਜ਼ਰਵ ਬਾਈ ਰੇਡੀਓ ਸਾਡੇ ਵਾਲਾ। ਸੋ ਅੱਜ ਅਸੀਂ ਪਹੁੰਚੇ ਸੀ, ਤੁਹਾਨੂੰ ਦੱਸਿਆ ਸੀ ਕਿ ਸ਼ੌਕਿੰਗ ਇੱਕਦਮ, ਤੁਹਾਨੂੰ ਫਿਰ ਤਾਂ ਇੱਕ ਵਾਰੀ ਲੈ ਕੇ ਜਾਵਾਂਗਾ ਦਰਬਾਰ ਸਾਹਿਬ। ਦਰਬਾਰ ਸਾਹਿਬ ਦੀ ਫਿਨਿਸ਼ਿੰਗ ਜਿਹੜੀ ਹੈ ਉਹ ਹਲੇ ਤੱਕ ਚੱਲ ਰਹੀ ਹੈ, ਔਰ ਮਜ਼ੀਦ 5 ਡੇਜ਼ ਤੱਕ ਹੈ ਫਿਨਿਸ਼ਿੰਗ ਚੱਲਦੀ ਰਹਿਣੀ ਹੈ। ਗ੍ਰਾਸਿੰਗ, ਲੈਂਡਸਕੇਪਿੰਗ, ਪਲਾਂਟੇਸ਼ਨ, ਐਵਰੀਥਿੰਗ ਹੈਵ ਬਿਨ ਡਨ। ਲੇਕਿਨ ਨਾਲ ਦੀ ਨਾਲ ਤੁਸੀਂ ਦੇਖ ਰਹੇ ਹੋ ਕੁਛ ਫੁੱਟਪਾਥਸ ਨੇ,
ਕੁਛ ਟਫ ਟਾਇਲਸ ਨੇ ਜਿਹੜੀਆਂ ਕਿ ਲੱਗਣੀਆਂ ਨੇ, ਕਾਰ ਪਾਰਕਿੰਗ ਜਿਹੜੀ ਹੈ ਉਹ ਰੈਡੀ ਹੈ, ਟੈਂਟ ਵਿਲੇਜਸ ਰੈਡੀ ਹੈ, ਲੇਕਿਨ 9 ਨੂੰ ਜਿਹੜੀ ਹੈ ਇਹਦੀ ਓਪਨਿੰਗ ਹੈ. ਸੋ ਕਾਫੀ ਕੋਨੇ ਕਿਨਾਰੇ ਖੁਦਰੇ ਜਿਹੜੇ ਨੇ ਉਹ ਰੈਡੀ ਕੀਤੇ ਜਾ ਰਹੇ ਨੇ ਤਾਂ ਕਿ ਉਸ ਤੋਂ ਪਹਿਲੇ ਸਰੋਵਰ ਸਾਹਿਬ ਦੇ ਚੱਜ ਪਾਣੀ ਵੀ ਭਰਿਆ ਗਿਆ, ਠੀਕ ਹੈ ਜੀ, ਜਿਹੜਾ ਕਿ ਵਰਲਡ ਸਮਾਰਟ ਸਰੋਵਰ ਹੈ, ਦੁਨੀਆਂ ਦਾ ਪਹਿਲਾ ਸਮਾਰਟ ਸਰੋਵਰ ਹੈ, ਦੁਨੀਆਂ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ. ਕਿੰਨੀਆਂ ਚੀਜ਼ਾਂ ਦੱਸਾਂ ਕਿ ਜਿਹੜੀਆਂ ਅਨੇਕਾਂ ਜਿਹੜੀਆਂ ਨੇ ਪਾਕਿਸਤਾਨ ਨੇ ਕਰ ਦਿੱਤੀਆਂ, ਕਿਉਂਕਿ ਯੂ ਨੋ ਕਿ ਮੈਂ ਵਰਲਡਲੀ ਟਰੈਵਲ ਕਰਦਾ ਰਿਹਾ, ਲੇਕਿਨ ਜੋ ਹੁਣ ਤੁਸੀਂ ਪਾਕਿਸਤਾਨ 'ਚ ਦੇਖੋਗੇ ਸ਼ਾਇਦ ਉਹ ਪੂਰੀ ਦੁਨੀਆਂ 'ਚ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲੇਗਾ. ਮੇਰੇ ਕਹਿਣ ਦਾ ਮਕਸਦ ਹੈ ਕਿ 1500 acres ਤੋਂ ਵੱਧ ਇਲਾਕੇ 'ਤੇ ਫੈਲਿਆ ਹੋਇਆ ਦੁਨੀਆਂ ਦਾ ਸਭ ਤੋਂ ਵੱਡਾ ਗੁਰੂ ਘਰ ਜਿਹੜਾ ਹੈ, ਦਰਬਾਰ ਸਾਹਿਬ ਕਰਤਾਰਪੁਰ, ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ ਆਪਣੇ ਜ਼ਿੰਦਗੀ ਦੇ 18.5 years ਗੁਜ਼ਾਰੇ. ਉਪਦੇਸ਼ ਕਿੰਨੇ ਸਨ? 3 ਸਨ. ਨਾਮ ਜਪੋ, ਕਿਰਤ ਕਰੋ ਔਰ ਵੰਡ ਚੱਖੋ, ਇੱਕ ਰੱਬ ਦੀ ਇਬਾਦਤ ਕਰੋ, ਆਪਣੇ ਹੱਥ ਦੀ ਕਰਕੇ ਖਾਓ, ਔਰ ਜੋ ਤੁਸੀਂ ਖੁਦ ਅਰਨ ਕੀਤਾ ਉਹ ਲੋਕਾਂ ਨਾਲ ਵੰਡ ਕੇ ਖਾਓ, ਅਤੇ ਜਗਤ 'ਤੇ ਭੁੱਖਾ ਨਾ ਰਹੇ ਕੋਈ, ਤਾਈਓ 'ਤੇ ਲੰਗਰ ਚਲਾਉਂਦਾ ਹੈ ਖਾਲਸਾ. ਅਤੇ ਤੁਸੀਂ ਸੋਮਾਲੀਆ ਦੇਖ ਲਓ, ਸ਼ਾਮ ਦੇਖ ਲਓ, ਇਰਾਕ ਦੇਖ ਲਓ, ਜਿੱਥੇ ਜਿੱਥੇ ਕ੍ਰਾਈਸਿਸ ਹੋਏ ਨੇ ਉੱਥੇ ਉੱਥੇ ਖਾਲਸਾ ਏਡ ਪਹੁੰਚਿਆ. ਵੀ ਆਰ ਵੈਰੀ ਥੈਂਕਫੁਲ ਟੂ ਸਪੈਸ਼ਲੀ ਅਵਰ ਸਿੱਖ ਬ੍ਰਦਰਸ ਔਨ ਕਸ਼ਮੀਰ ਕੋਸ, ਕਿ ਉਹਨਾਂ ਨੇ ਬਹੁਤ ਹੀ ਸੋਹਣਾ ਇੱਕ ਫੈਸਲਾ ਲਿਆ ਸੀ. ਤੁਹਾਨੂੰ ਯਾਦ ਹੋਏਗਾ ਕਿ ਲਾਸਟ 2 months ago ਜਦੋਂ ਇਹ ਸਾਰਾ ਪ੍ਰੋਬਲਮ ਸ਼ੁਰੂ ਹੋਇਆ, ਅਤੇ ਖਾਲਸਾ ਪੰਥ ਨੇ ਫੈਸਲਾ ਕੀਤਾ ਪੰਜਾਬ ਔਰ ਦਿੱਲੀ ਜਾਂ ਸੈਂਟਰਲ ਸਟੇਟਸ ਦੇ ਅੰਦਰ ਜਿੰਨੇ ਬੱਚੀਆਂ ਜਿਹੜੀਆਂ ਸਨ, ਜਵਾਨ ਸਾਡੀਆਂ ਭੈਣਾਂ ਪੜ੍ਹ ਰਹੀਆਂ ਸਨ ਉੱਥੇ ਯੂਨੀਵਰਸਿਟੀਜ਼ ਦੇ ਵਿੱਚ, ਅਤੇ ਮੈਂ ਸੈਲੂਟ ਕਰਨਾ ਵਾਂ ਆਪਣਾ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ, ਜਿਨ੍ਹਾਂ ਨੇ ਐਲਾਨ ਕੀਤਾ ਕਿ ਉਹਨਾਂ ਧੀਆਂ ਦੀ ਹਿਫਾਜ਼ਤ ਕਰਕੇ ਲੈ ਕੇ ਜਾਣਾ ਉਹਨਾਂ ਨੂੰ ਵਾਪਸ ਕਸ਼ਮੀਰ ਤੱਕ, ਇਹ ਖਾਲਸਾ ਪੰਥ ਦਾ ਫਰਜ਼ ਹੈ. ਉਹਨਾਂ ਨੇ ਹਵਾਲਾ ਦਿੱਤਾ ਸੀ ਕਿ ਤਾਰੀਖ ਇੱਕ ਵਾਰੀ ਫਿਰ ਆਪਣੇ ਆਪ ਨੂੰ ਰਿਪੀਟ ਕਰ ਰਹੀ ਹੈ ਔਰ ਖਾਲਸਾ ਪੰਥ ਮਜ਼ਲੂਮ ਨਾਲ ਖੜਾ ਹੋਏਗਾ. ਸੋ ਦੀ ਬੇਸਿਕ ਕਾਫੀ ਟੀਚਿੰਗਸ ਜਿਹੜੀਆਂ ਨੇ ਲੋਕਾਂ ਨੂੰ ਨਹੀਂ ਪਤਾ ਹੈਗੀਆਂ, ਅਤੇ ਸੋ ਮੈਂ ਉਹ ਚੀਜ਼ਾਂ ਨੂੰ ਰਿਪੀਟ ਕਰ ਰਿਹਾ. ਚਲੋ ਚੱਲਦੇ ਹਾਂ ਜੀ. ਅਸੀਂ ਅੰਦਰ ਦਰਸ਼ਨੀ ਡਿਊਟੀ ਦੇ ਉੱਤੇ, ਸਾਡੀ ਸੰਗਤ ਜਿਹੜੀ ਹੈ USA ਤੋਂ ਆਈ ਹੋਈ, ਕੈਲੀਫੋਰਨੀਆ ਤੋਂ, ਅਤੇ ਮੈਂ ਕਹਾਂਗਾ ਕਿ ਅਸੀਂ ਧੰਨ ਭਾਗ ਕਿ ਇਹਨਾਂ ਦੇ ਨਾਲ ਅਸੀਂ ਆ ਗਏ. ਇਸ ਤੋਂ ਬਾਅਦ ਵੀ ਇੱਕ ਜਥਾ ਆ ਰਿਹਾ, ਉਹਨਾਂ ਨਾਲ ਵੀ ਆਵਾਂਗੇ ਔਰ ਤੁਹਾਨੂੰ ਲੇਟੈਸਟ ਵਰਕ ਔਰ ਸਾਰਾ ਕੁਝ ਦਿਖਾਵਾਂਗੇ ਕਿ ਪਾਕਿਸਤਾਨ ਕੀ ਕਰਨ ਲਈ ਜਾ ਰਿਹਾ. ਜੀ ਵੈਲਕਮ ਜੀ. ਜਨਮ ਸਥਾਨ ਆਪਣਾ ਦੀਵਾਨ ਅਸਥਾਨ ਦਾ ਜਿਹੜਾ ਬਹੁਤ ਵੱਡਾ ਔਰ ਉਹ ਸਾਰਾ ਦਾ ਸਾਰਾ ਜਿਹੜਾ ਫਾਈਬਰ ਵਾਲਾ. ਇਹ ਮੇਨ ਐਂਟਰੀ ਹੋਏਗੀ ਜੀ, ਔਰ ਉਸ ਤੋਂ ਬਾਅਦ ਫਿਰ ਰਾਈਟ ਸਾਈਡ ਦੇ ਉੱਤੇ ਜਿਹੜਾ ਸਰੋਵਰ ਹੈ, ਇਹ ਆਊਟ ਤੋਂ ਪਹਿਲੇ ਸਮਾਨ ਕਰੋ, ਫਿਰ ਉਸ ਤੋਂ ਬਾਅਦ. ਥੈਂਕ ਯੂ ਜੀ. ਸਾਡੇ ਵੀਰ ਇੰਜੀਨੀਅਰ ਸ਼ੇਰ ਸਾਹਿਬ ਹਮੇਸ਼ਾ ਪੇਸ਼ ਪੇਸ਼ ਰਹਿੰਦੇ ਨੇ ਜਦੋਂ ਵੀ ਅਸੀਂ ਆਉਂਦੇ ਹਾਂ. ਠੀਕ ਹੈ ਜੀ. ਤੁਸੀਂ ਵਿਊ ਕਰ ਰਹੇ ਹੋ ਹੁਣ, ਦੇਖੋ ਤੁਸੀਂ ਪਿਛਲੀ ਵਾਰੀ ਅਸੀਂ ਤੁਹਾਨੂੰ ਦਿਖਾਇਆ ਸੀ ਕਿ ਉਸ ਵੇਲੇ ਫਿਨਿਸ਼ਿੰਗ ਨਹੀਂ ਸੀ ਹੋਈ, ਰਗੜਾਈ ਮੁਕੰਮਲ ਨਹੀਂ ਸੀ ਹੋਈ ਔਰ ਪੇਂਟ ਜਿਹੜਾ ਸੀ ਉਸ ਵੇਲੇ ਚੱਲ ਰਿਹਾ ਸੀ. ਹੁਣ ਇਸ ਵੇਲੇ ਪੇਂਟ ਵੀ ਮੁਕੰਮਲ ਹੋ ਚੁੱਕਿਆ, ਟਾਈਲਾਂ ਦੀ ਫਿਨਿਸ਼ਿੰਗ ਵੀ ਹੋ ਚੁੱਕੀ ਹੈ, ਮਾਰਬਲ ਵੀ ਸਾਰਾ ਲੱਗ ਚੁੱਕਿਆ ਔਰ ਘਾਹ ਜਿਹੜਾ ਉਹ ਵੀ ਲੱਗ ਚੁੱਕਿਆ, ਪਲਾਂਟੇਸ਼ਨ ਵੀ ਹੋ ਚੁੱਕੀ ਹੈ. ਇਹਦਾ ਮਤਲਬ ਹੈ ਕੰਮ ਆਲਮੋਸਟ ਰੈਡੀ ਹੈ ਅਤੇ ਹੁਣ ਸਿਰਫ ਫਿਨਿਸ਼ਿੰਗ ਜਿਹੜੀ ਹੈ. ਐਂਡ ਤੁਹਾਨੂੰ ਪਤਾ ਕਚਰਾ ਵਗੈਰਾ ਸੰਭਾਲਣਾ ਪੈਂਦਾ, ਗਾਰਬੇਜ ਸੰਭਾਲਣਾ ਪੈਂਦਾ, ਉਹਨਾਂ ਚੀਜ਼ਾਂ ਨੂੰ ਸੰਭਾਲਦਿਆਂ ਸੰਭਾਲਦਿਆਂ ਥੋੜ੍ਹਾ ਟਾਈਮ ਲੱਗੇਗਾ, ਕਿਉਂਕਿ 10 months ਦੀ ਘੱਟ ਮੁੱਦਤ ਦੇ ਵਿੱਚ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਐਡਾ ਵੱਡਾ ਪ੍ਰੋਜੈਕਟ ਜਿਹੜਾ ਖੜਾ ਕੀਤਾ ਗਿਆ. ਸ਼ਾਇਦ ਕਿਸੇ ਵੀ ਪ੍ਰੋਜੈਕਟ ਦੇ ਉੱਤੇ 24 hours ਕੰਮ ਨਹੀਂ ਹੋਇਆ. ਇਹ ਵਾਹਿਦ ਦੁਨੀਆ ਦਾ ਪ੍ਰੋਜੈਕਟ ਹੈ ਜਿਹਦੇ 'ਤੇ ਪਾਕਿਸਤਾਨ ਨੇ 24 hours ਯਾਨੀ ਕਿ 3 shifts ਦੇ ਵਿੱਚ 8-8 hours ਕੰਮ ਕਰਕੇ ਅਤੇ ਆਹ ਪ੍ਰੋਜੈਕਟ ਜਿਹੜਾ ਹੈ ਉਹ ਸਿਰੇ ਚੜਿਆ ਹੈ. ਲੇਕਿਨ ਗੁਰਪਿਆਰੀ ਸੰਗਤ ਜੀ, ਇਹ ਫੇਜ਼ 1 ਹੈ, ਇਸ ਤੋਂ ਬਾਅਦ ਫੇਜ਼ 2 ਹੈ, ਫਿਰ ਫੇਜ਼ 3 ਹੈ, ਫਿਰ ਜਾ ਕੇ ਇਹ ਸਾਰਾ ਮੁਕੰਮਲ ਹੋਏਗਾ
ਫਿਰ ਤੁਸੀਂ ਦੇਖੋਗੇ ਕਿਉਂਕਿ ਹਲੇ ਕੁਛ ਲੋਕ ਇਹ ਕਹਿ ਰਹੇ ਨੇ ਕਿ ਅਗਰ ਇੰਨਾ ਵੱਡਾ ਹੈ ਤਾਂ ਉਹਦੇ ਹਲੇ ਕੰਪਲੈਕਸਿਸ ਜਿਹੜੇ ਨੇ, ਖਾਸ ਕਰਕੇ ਰੈਜ਼ੀਡੈਂਸ ਏਰੀਆ ਜਿਹੜੇ ਨੇ, ਯਾਤਰੀ ਨਿਵਾਸ ਜਿਹੜੇ ਏਰੀਏ ਨੇ, ਉਹ ਏਰੀਆਜ਼ ਹਲੇ ਜਿਹੜੇ ਨੇ ਬਣਨੇ ਨੇ ਫੇਸ 2 ਦੇ ਵਿੱਚ। ਠੀਕ ਹੈ ਜੀ, ਫਿਲਹਾਲ ਤੁਸੀਂ ਦੇਖ ਰਹੇ ਹੋ ਇਸ ਵੇਲੇ ਕਹਿ ਲਓ ਤੁਸੀਂ ਕਿ ਚਰਨ ਗੰਗਾ ਦੀ ਜਗ੍ਹਾ, ਇੱਥੋਂ ਤੁਸੀਂ ਇੱਕ ਵਾਰੀ ਚਰਨ ਗੰਗਾ ਕਰਕੇ ਫਿਰ ਉਸ ਤੋਂ ਬਾਅਦ ਤੁਸੀਂ ਅੱਗੇ ਜਾਓਗੇ, ਅੱਗੇ ਜਾ ਕੇ ਫਿਰ ਤੁਹਾਨੂੰ ਚਾਰੋਂ ਪਾਸੋਂ ਗੁਰੂ ਘਰ ਦਾ ਇੱਕ ਇੱਕ 1000 ਫੁੱਟ ਦਾ ਫਾਸਲਾ ਜਿਹੜਾ ਖਾਲੀ ਰੱਖਿਆ ਗਿਆ, 1000 ਫੁੱਟ ਜਿਹੜਾ ਫਾਸਲਾ ਖਾਲੀ ਰੱਖਿਆ ਗਿਆ ਕਿ ਗੁਰੂ ਘਰ ਦੀ ਜਿਸ ਜਗ੍ਹਾ ਤੋਂ ਵੀ ਤੁਸੀਂ ਤਸਵੀਰ ਲਓਗੇ ਉਹਦਾ ਇਕੁਅਲ ਬੈਲੈਂਸ ਵਿਊ ਆਏਗਾ। ਪਲੀਜ਼ you are watching the end finishing program of the Darbar Sahib Kartarpur corridor. Jandad bhai, engineer Shweta sahab and companion Sadi Bhaji, ਕੈਸੇ ਵਾ ਜੀ ਹੁਣ ਤਬੀਅਤ ਕੈਸੇ? ਡਾਕਟਰ ਕਹਿੰਦੇ ਇਜ਼ ਆਸਕਿੰਗ ਅਬਾਊਟ ਯੂ ਕਿ ਓ ਯੂਅਰ ਹੈਲਥ, ਸਪੈਸ਼ਲੀ ਪੁੱਛਿਆ ਉਹਨਾਂ ਨੇ, ਫੀਲਿੰਗ ਬੈਟਰ? ਓਕੇ, ਓ ਹੋ ਹੋ ਹੋ, ਉਹ ਥੋੜ੍ਹਾ ਜਿਹਾ ਗਰਮ ਪਾਣੀ ਦੇ ਗਰਾਰੇ ਕਰੋਗੇ ਠੀਕ ਹੋ ਜਾਏਗਾ। ਮੈਂ ਉੱਥੇ ਲੰਗਰ 'ਚ ਉਹਨਾਂ ਨੂੰ ਤਾਂ ਨਾ ਪਾਣੀ ਗਰਮ ਦੇ ਦਿਆਂ, ਤੁਸੀਂ ਗਰਾਰੇ ਕਰ ਲਈਏ। ਤੁਸੀਂ ਜੀ ਐਂਡ ਵਾਲਾ ਟੂਰ ਲਾਜ਼ਮੀ ਕਰਵਾਉਣਾ ਹੈ ਸਾਨੂੰ। ਹਾਂਜੀ ਸੰਗਤ ਜੀ, ਐਨੀ ਕੁਐਸਚਨ ਅਬਾਊਟ ਆ ਗੁਰਦੁਆਰਾ ਔਰ ਕੰਸਟਰਕਸ਼ਨ ਜੀ? ਪਲੀਜ਼ ਇੰਜੀਨੀਅਰ ਸਰ। ਐਨੀਵਨ ਹੈਵ ਐਨੀ ਕੁਐਸਚਨ? ਤੇ ਸਾਡੇ ਇੰਜੀਨੀਅਰ ਸਾਹਿਬ ਕੰਸਟਰਕਸ਼ਨ ਦੇ ਮਤਲਬ ਪੂਰੀ ਗਾਈਡਲਾਈਨ ਦੇ ਰਹੇ ਨੇ। ਰੱਬ ਰੱਖਾ ਜੀ।